ਸਾਡੀ ਬਾਲੀਵੁੱਡ ਇੰਡਸਟਰੀ ਵਿੱਚ ਹਰ ਡੇ ਕੋਈ ਨਾ ਕੋਈ ਫਿਲਮ ਰਿਲੀਜ਼ ਹੋ ਹੀ ਜਾਂਦੀ ਹੈ ਅਤੇ ਹਰ ਐਕਟਰ ਨੂੰ ਹੁੰਦਾ ਹੈ ਕਿ ਉਹਨਾਂ ਦੀ ਫਿਲਮਾਂ ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰਨ। ਉੱਥੇ ਹੀ 2019 ਦੇ ਵਿੱਚ ਕਿਸ ਐਕਟਰ ਨੇ ਤੋੜੇ ਕਮਾਈ ਦੇ ਸਾਰੇ ਰਿਕਾਰਡ, ਜਾਣ ਲਈ ਦੇਖੋ ਸਾਡੀ ਅੱਜ ਦੀ ਖਾਸ ਰਿਪੋਰਟ। ਬਾਲੀਵੁੱਡ ਇੰਡਸਟਰੀ ਦੇ ਖਿਲਾੜੀ ਯਾਨੀ ਕਿ ਅਕਸ਼ੈ ਕੁਮਾਰ ਨੇ ਬਾਕਸ ਆਫਿਸ ਤੇ ਇੱਕ ਅਜਿਹਾ ਰਿਕਾਰਡ ਬਣਾ ਦਿੱਤਾ ਹੈ ਜਿਸ ਦੇ ਆਸ ਪਾਸ ਕੋਈ ਵੀ ਖਾਨ ਨਹੀਂ ਆ ਸਕਦਾ। ਅਕਸ਼ੈ ਕੁਮਾਰ ਦੀਆਂ ਇੱਕ ਹੀ ਸਾਲ 'ਚ ਰਿਲੀਜ਼ ਹੋਈਆਂ ਫਿਲਮਾਂ ਦੀ ਟੋਟਲ ਕੁਲੈਕਸ਼ਨ ਇੰਨੀ ਜ਼ਿਆਦਾ ਹੋਈ ਹੈ ਕਿ ਅਕਸ਼ੈ ਦੀਆਂ ਫਿਲਮਾਂ ਨੇ ਸਭ ਤੋਂ ਵੱਧ ਕਮਾਈ ਕੀਤੀ ਹੈ। 2019 'ਚ ਅਕਸ਼ੈ ਦੀਆਂ 4 ਫਿਲਮਾਂ ਆਈਆਂ ਜਿਨ੍ਹਾਂ 'ਚ ਕੇਸਰੀ, ਮਿਸ਼ਨ ਮੰਗਲ, ਹਾਊਸਫੁੱਲ 4 ਅਤੇ ਗੁੱਡ ਨਿਊਜ਼ ਆਦਿ ਦੇ ਨਾਮ ਸ਼ਾਮਿਲ ਨੇ। ਇਹਨਾਂ 4 ਫਿਲਮਾਂ ਦਾ ਨੈੱਟ ਬਾਕਸ ਆਫਿਸ ਕਲੈਕਸ਼ਨ ਲਗਭਗ 719 ਕਰੋੜ ਰਿਹਾ। ਗੁੱਡ ਨਿਊਜ਼ ਅਜੇ ਵੀ ਸਿਨੇਮਾ ਘਰਾਂ 'ਚ ਚੱਲ ਰਹੀ ਹੈ, ਇਸ ਲਈ ਇਸ ਅੰਕੜੇ 'ਚ ਅਜੇ ਵਾਧਾ ਹੋ ਸਕਦਾ ਹੈ। ਇਸ ਲਿਸਟ 2 ਨੰਬਰ 'ਤੇ ਰਣਵੀਰ ਸਿੰਘ ਹੈ ਜਿਨ੍ਹਾਂ ਦੀਆਂ ਫਿਲਮਾਂ ਨੇ 542 ਕਰੋੜ ਦਾ ਕਲੈਕਸ਼ਨ ਕੀਤਾ। ਰਣਵੀਰ ਨੇ ਇਹ ਉਪਲਬਧੀ 2018 'ਚ ਹਾਸਲ ਕੀਤੀ ਸੀ ਜਦਕਿ ਉਹਨਾਂ ਦੀ ਪਦਮਾਵਤ ਅਤੇ ਸਿੰਬਾ ਰਿਲੀਜ਼ ਹੋਈ ਸੀ। ਉੱਥੇ ਇਸ ਲਿਸਟ ਦੇ ਵਿੱਚ ਦਬੰਗ ਖਾਨ ਯਾਨੀ ਕਿ ਸਲਮਾਨ ਖਾਨ ਦਾ ਨਾਮ ਵੀ ਸ਼ਾਮਿਲ ਹੈ। 2015 'ਚ ਸਲਮਾਨ ਖਾਨ ਦੀਆਂ ਫਿਲਮਾਂ ਨੇ ਸਭ ਤੋਂ ਜ਼ਿਆਦਾ ਕਮਾਈ ਕੀਤੀ ਸੀ। ਸਲਮਾਨ ਖਾਨ ਨੇ ਤਕਰੀਬਨ 530 ਕਰੋੜ ਦੇ ਆਸ ਪਾਸ ਦੀ ਕੁਲੈਕਸ਼ਨ ਕੀਤੀ ਸੀ। ਸਲਮਾਨ ਖਾਨ ਦੀ ਫਿਲਮ ਬਜਰੰਗੀ ਭਾਈ ਜਾਨ ਤੇ ਰਤਨ ਧਨ ਪਾਇਓ 2015 'ਚ ਆਈਆਂ ਸੀ। ਚੌਥੇ ਸਥਾਨ ਤੇ ਹੈ ਪ੍ਰਭਾਸ, ਜਿਨ੍ਹਾਂ ਦੀ 2017 'ਚ ਆਈ ਫਿਲਮ ਬਾਹੂਬਲੀ ਦੀ ਕੰਕਲੂਜ਼ਨ ਨੇ 510 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। 2018 'ਚ ਆਈ ਸੰਜੂ ਨੇ ਰਣਬੀਰ ਕਪੂਰ ਨੂੰ ਇਸ ਲਿਸਟ 9ਵੇਂ ਸਥਾਨ ਤੇ ਪਹੁੰਚਾਇਆ। ਸੰਜੂ ਨੇ 342 ਕਰੋੜ ਤੋਂ ਜ਼ਿਆਦਾ ਬਾਕਸ ਆਫਿਸ ਦੀ ਕਮਾਈ ਕੀਤੀ ਸੀ। 10ਵੇਂ ਸਥਾਨ ਤੇ ਨੇ ਚੌਕਲੇਟ ਬੁਆਏ ਯਾਨੀ ਕਿ ਸ਼ਾਹਿਦ ਕਪੂਰ। 2018 'ਚ ਆਈ ਫਿਲਮ ਪਦਮਾਵਤ ਤੇ 32 ਗੁਲਮੀਟਰ ਚਾਲੂ ਰਹੀ ਸੀ, ਜਿਨ੍ਹਾਂ ਨੇ 339 ਕਰੋੜ ਤੋਂ ਜ਼ਿਆਦਾ ਕਮਾਈ ਕੀਤੀ। ਹਾਲਾਂਕਿ 2019 'ਚ ਸ਼ਾਹਿਦ ਕਪੂਰ ਦੀ ਕਬੀਰ ਸਿੰਘ ਨੇ ਬੀਤੇ ਸਾਲ ਦੀ ਦੂਜੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮਾਂ ਦੇ ਵਿੱਚ ਸ਼ਾਮਿਲ ਹੈ, ਜਿਸ ਨੇ 278 ਕਰੋੜ ਦੇ ਕਰੀਬ ਕਮਾਈ ਕੀਤੀ ਹੈ। ਬਾਲੀਵੁੱਡ ਅਤੇ ਬਾਲੀਵੁੱਡ ਦੇ ਲੇਟੈਸਟ ਅਪਡੇਟਸ ਨੂੰ ਜਾਣਨ ਦੇ ਲਈ ਦੇਖਦੇ ਰਹੋ ਸਟਾਰ ਕੈਨੇਡਾ ਟੀਵੀ। ਫੋਰ ਮੋਰ ਇਨਫੋਰਮੇਸ਼ਨ ਸਬਸਕ੍ਰਾਈਬ ਦ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ।